ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ ਤਕਰੀਬਨ 8 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦੀ ਅਤਿ ਆਧੁਨਿਕ 10 ਮੀਟਰ ਇਨਡੋਰ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ। ਇਹ ਰੇਂਜ 31 ਮਾਰਚ 2020 ਤੱਕ ਨਿਸ਼ਾਨੇਬਾਜ਼ਾਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ। ਇਸ ਰੇਂਜ ਦਾ ਨੀਂਹ ਪੱਥਰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੱਖਿਆ। ਰਾਣਾ ਗੁਰਮੀਤ ਸੋਢੀ ਉੱਤੇ ਸ਼ੇਰ ਸਿੰਘ ਘੁਬਾਇਆ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਰਾਣਾ ਗੁਰਮੀਤ ਸੋਢੀ ਕਾਰਨ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਹਾਰ ਮਿਲੀ ਹੈ। ਤਾਂ ਜਦੋਂ ਇੱਥੇ ਇਸ ਬਾਰੇ ਰਾਣਾ ਗੁਰਮੀਤ ਸੋਢੀ ਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ, ਘੁਬਾਇਆ ਜੀ ਨੂੰ ਹਾਲੇ ਕਾਂਗਰਸ ਕਲਚਰ ਦਾ ਮੇਰਾ ਖਿਆਲ ਪਤਾ ਨਹੀਂ ਹੈਗਾ ਗਾ। ਉਹ 15 ਦਿਨ ਹੋਏ ਨੇ ਉਹਨਾਂ ਨੂੰ ਆਏ ਨੂੰ, ਆਉਂਦਿਆਂ ਸਾਰ ਉਹ ਇਲੈਕਸ਼ਨ 'ਚ ਬਿਜ਼ੀ ਹੋ ਗਏ। ਸਾਰੀ ਕਾਂਗਰਸ ਪਾਰਟੀ ਨੇ ਉਹਨਾਂ ਦੇ ਹੱਕ ਦੇ ਵਿੱਚ ਪੂਰੀ ਮਿਹਨਤ ਕੀਤੀ ਹੈ। ਔਰ ਜਿਹੜੀਆਂ 9 ਕੌਂਸਟੀਚੁਐਂਸੀ ਦੇਖੋ ਨਾ, ਹੁਣ ਜੇ ਉਹਨਾਂ ਦਾ ਬੇਟਾ ਜਿੱਥੇ MLA ਉੱਥੋਂ 29,000 ਵੋਟ 'ਤੇ ਹਾਰ ਗਏ। ਮੇਰੇ 'ਤੇ ਜੇ ਇਹ ਗੱਲ ਮੇਰੇ ਸਾਹਮਣੇ ਤਾਂ ਨਹੀਂ ਉਹਨਾਂ ਨੇ ਕਿਹਾ, ਤੁਸੀਂ ਅਖਬਾਰੀ ਗੱਲ ਕਰ ਰਹੇ ਹੋ ਤਾਂ ਮੈਂ ਅਖਬਾਰੀ ਜਵਾਬ ਦੇ ਰਿਹਾ ਤੁਹਾਨੂੰ ਕਿ ਉਹ ਕਹਿ ਰਹੇ ਨੇ ਜੀ ਵੀ ਤੁਸੀਂ ਕਹਿ ਰਹੇ ਵੀ ਉਹ ਤੁਹਾਡਾ ਨਾਂ ਲੈਂਦੇ ਨੇ ਜੀ ਵੀ ਮੈਂ ਹਰਾ ਤਾ, ਠੀਕ ਹੈ ਕਿ ਨਹੀਂ? ਅਤੇ ਮੇਰੇ ਕੌਂਸਟੀਚੁਐਂਸੀ 'ਚ ਤਾਂ 7,000 'ਤੇ ਹਾਰੇ ਨੇ ਉਹ, ਆਪਦੀ ਕੌਂਸਟੀਚੁਐਂਸੀ 'ਚ ਉਹ 29,000 'ਤੇ ਹਾਰੇ ਨੇ, ਅਤੇ ਫਿਰ ਮੈਂ ਹਰਾਇਆ ਕਿ ਉਹਨਾਂ ਦੇ ਕੋਈ ਕੰਮ ਕਾਰਾਂ 'ਚ ਜਾਂ ਉਹਨਾਂ ਦੀ ਲੋਕਾਂ ਦੇ ਮਿਲਣ ਮਿਲਾਪ 'ਚ ਕੋਈ ਕਮੀ ਰਹਿ ਗਈ ਹੋਣੀ, ਜੇ ਹਾਰ ਜਿੱਤ ਬਣੀ ਹੋਈ ਹੈ, ਸੋ ਐਸੀ ਕੋਈ ਗੱਲ ਨਹੀਂ। ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਨੇ ਇਲਜ਼ਾਮ ਲਗਾਇਆ ਸੀ ਕਿ ਰਾਣਾ ਗੁਰਮੀਤ ਸੋਢੀ ਕਾਰਨ ਉਹਨਾਂ ਨੂੰ ਹਾਰ ਮਿਲੀ ਹੈ। ਇਸ ਦੇ ਜਵਾਬ ਵਿੱਚ ਰਾਣਾ ਸੋਢੀ ਨੇ ਘੁਬਾਇਆ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ, ਘੁਬਾਇਆ ਆਪਣੇ ਘਰ ਵਿੱਚੋਂ ਹਾਰੇ ਨੇ, ਸਾਡੇ ਵੱਲੋਂ ਨਹੀਂ, ਉਹ ਆਪਣੀ ਗਲਤੀਆਂ ਕਾਰਨ ਹਾਰੇ ਨੇ। ਮੋਹਾਲੀ ਤੋਂ ਗੁਰਦੀਪ ਬੈਨੀਵਾਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।